ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਆਪਣੀ ਸਟੋਰੀ ਆ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਡਿਸਕਸ ਕਰਾਂਗੇ ધ ਜਜਮੈਂਟ ਸੀਟ ਆਫ ਵਿਕਰਮਾਦਿੱਤਿਆ ਰਿਟਨ ਬਾਈ ਸਿਸਟਰ ਨਿਵੇਦਿਤਾ ਸੋ ਵਿਕਰਮਾਦਿੱਤਿਆ ਵਿਕਰਮਾਦਿੱਤਿਆ ਕੌਣ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਭਾਰਤ ਦਾ ਇੱਕ ਰਾਜਾ ਸੀਗਾ ਵਿਕਰਮਾਦਿੱਤਿਆ ਜਿਸ ਦਾ ਨਾਮ ਹੈ ਜੋ ਭਾਰਤ ਦੇ ਵਿੱਚ ਅੱਜ ਵੀ ਬਹੁਤ ਹੀ ਸਨਮਾਨਜਨਕ ਤਰੀਕੇ ਦੇ ਨਾਲ ਲਿਆ ਜਾਂਦਾ ਸੋ ਜਿਹੜੀ ਆਪਣੀ ਇਹ ਸਟੋਰੀ ਹੈ ਦਾ ਜਜਮੈਂਟ ਸੀਟ ਆਫ ਵਿਕਰਮਾਦਿੱਤਿਆ ਇਹ ਸਟੋਰੀ ਵਿਕਰਮਾਦਿੱਤਿਆ ਦੀ ਮੌਤ ਤੋਂ ਕਾਫੀ ਸਾਲ ਬਾਅਦ ਦੀ ਹੈ ਬਟ ਉਸ ਤੋਂ ਪਹਿਲਾਂ ਆਪਾਂ ਵਿਕਰਮਾਦਿੱਤਿਆ ਦੇ ਟਾਈਮ ਦੇ ਬਾਰੇ ਆਪਾਂ ਥੋੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਨਾਲ ਡਿਸਕਸ ਕਰ ਲਈਏ ਸੋ ਜਿਹੜਾ ਵਿਕਰਮਾਦਿੱਤਿਆ ਸੀ ਉਹ ਰਾਜਾ ਸੀਗਾ ਉਜੈਨ ਦਾ ਉਜੈਨ ਆ ਜੋ ਇੱਕ ਸਿਟੀ ਐ ਸਿਟੀ ਆਫ ਮੱਧ ਪ੍ਰਦੇਸ਼ ਉਜੈਨ ਆ ਜੋ ਇੱਕ ਸ਼ਹਿਰ ਮੱਧ ਪ੍ਰਦੇਸ਼ ਦਾ ਇੱਕ ਸ਼ਹਿਰ ਸੀਗਾ ਦੂਸਰੀ ਗੱਲ ਉਜੈਨ ਦੇ ਬਾਰੇ ਵਾਸ ਫੇਮਸ ਫੋਰ এডੂਕੇਸ਼ਨ ਜੋ ਉਜੈਨ ਸਿਟੀ ਐ ਉਹ এডੂਕੇਸ਼ਨ ਦੇ ਲਈ ਬਹੁਤ ਜ਼ਿਆਦਾ ਫੇਮਸ ਸੀ ਔਰ ਤੀਸਰਾ ਕਾਲੀਦਾਸ ਦਾ ਫੇਮਸ ਪੋएट ਲਿਵਡ ਹੇਅਰ ਜੋ ਕਾਲੀਦਾਸ ਬਹੁਤ ਜ਼ਿਆਦਾ ਫੇਮਸ ਪੋएट ਹੋਇਆ ਇਹ ਵੀ ਉਜੈਨ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਗਲੀ ਚੌਥੀ ਗੱਲ ਸਿਟੀ ਆਫ ਕਿੰਗ ਵਿਕਰਮアドਿਤਿਆ ਜੋ ਮੇਨ ਹੈ ਜਿਹੜੀ ਉਜੈਨ ਸਿਟੀ ਸੀ ਸ਼ਹਿਰ ਸੀ ਉਹ ਕਿਸ ਦਾ ਸ਼ਹਿਰ ਸੀ ਕਿੰਗ ਵਿਕਰਮアドਿਤਿਆ ਜਿਸ ਨੂੰ ਕੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਸਨਮਾਨ ਸਨਮਾਨਯੋਗ ਜੋ ਪਰਸਨੈਲਿਟੀ ਹੈ ਮਤਲਬ ਉਹ ਮੰਨਿਆ ਜਾਂਦਾ ਸੋ ਅੱਗੇ ਦੇਖੋ ਵਿਕਰਮアドਿਤਿਆ ਦੇ ਬਾਰੇ ਆਪਾਂ ਕੁਝ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੱਸ ਦਈਏ ਜਦੋਂ ਵਿਕਰਮアドਿਤਿਆ ਜਿਉਂਦਾ ਸੀਗਾ ਸਭ ਤੋਂ ਪਹਿਲਾਂ the people of his time almost worshiped him ਜਦੋਂ ਵਿਕਰਮਦਿੱਤਯ ਰਾਜਾ ਜਿਉਂਦਾ ਸੀ ਤਾਂ ਉਸ ਸਮੇਂ ਦੇ ਜਿਹੜੇ ਲੋਕ ਸੀਗੇ ਲਗਭਗ ਉਸ ਦੀ ਪੂਜਾ ਕਰਦੇ ਸੀ ਮਤਲਬ ਲੋਕ ਨੇ ਜਿਹੜੇ ਉਸ ਨੂੰ ਬਹੁਤ ਜ਼ਿਆਦਾ ਮੰਨਦੇ ਸੀਗੇ ਬਹੁਤ ਨੇਕ ਇਨਸਾਨ ਸੀਗੇ ਉਹ ਦੂਸਰਾ ਨੋਬਡੀ ਕੁਡ ਡਿਸੀਵ ਹਿਮ ਮਤਲਬ ਕੋਈ ਵੀ ਇਨਸਾਨ ਉਸ ਨੂੰ ਧੋਖਾ ਨਹੀਂ ਦੇ ਸਕਦਾ ਸੀ ਹੀ ਨੈਵਰ ਪੁਨਿਸ਼ਡ ਦਾ ਰੋਂਗ ਮੈਨ ਉਸ ਨੇ ਕਦੇ ਵੀ ਕਿਸੇ ਗਲਤ ਆਦਮੀ ਨੂੰ ਸਜ਼ਾ ਨਹੀਂ ਦਿੱਤੀ ਸੀ ਹਮੇਸ਼ਾ ਹੀ ਉਸ ਦਾ ਜਿਹੜਾ ਫੈਸਲਾ ਉਹ ਸਹੀ ਹੁੰਦਾ ਸੀ ਅਗਲਾ ਲੇਟਰ ਔਨ ਇਨ ਇੰਡੀਆ ਵੈਨ ਐਨੀ ਜੱਜ ਗੇਵ ਅ ਗੁੱਡ ਜਜਮੈਂਟ ਉਸ ਤੋਂ ਬਾਅਦ ਵਿਕਰਮਾ ਦਿੱਤੇ ਤੋਂ ਬਾਅਦ ਜਦੋਂ ਕੋਈ ਵੀ ਜੱਜ ਭਾਰਤ ਦੇ ਵਿੱਚ ਕੋਈ ਵਧੀਆ ਡਿਸੀਜਨ ਮਤਲਬ ਵਧੀਆ ਨਿਰਣਾ ਜਜਮੈਂਟ ਹੈ ਜੋ ਦਿੰਦਾ ਸੀਗਾ ਇਟ ਵੁੱਡ ਬੀ ਸੈਡ ਟੂ ਹਿਮ ਉਸ ਨੂੰ ਇਹ ਕਿਹਾ ਜਾਂਦਾ ਸੀ ਥੈਟ ਹੀ ਮਸਟ ਹੈਵ ਸੈਟ ਇਨ ਦਾ ਜਜਮੈਂਟ ਸੀਟ ਆਫ ਵਿਕਰਮਨ ਦਿੱਤਿਆ ਕਿ ਜ਼ਰੂਰ ਉਹ ਵਿਕਰਮਨ ਦਿੱਤਿਆ ਦੀ ਸੀਟ ਦੇ ਉੱਪਰ ਬੈਠਾ ਹੋਵੇਗਾ ਮਤਲਬ ਕਿ ਵਿਕਰਮਨ ਦਿੱਤਿਆ ਨੂੰ ਇੰਨਾ ਜ਼ਿਆਦਾ ਮਤਲਬ ਜਿਹੜਾ ਇਨਸਾਨ ਹੈ ਵਧੀਆ ਉਹ ਸਮਝਿਆ ਜਾਂਦਾ ਸੀ ਜੇਕਰ ਕੋਈ ਵੀ ਵਧੀਆ ਜਜਮੈਂਟ ਦਿੰਦਾ ਕੋਈ ਵੀ ਜੱਜ ਤਾਂ ਉਸ ਨੂੰ ਇਹ ਮੰਨਿਆ ਜਾਂਦਾ ਕਿ ਜ਼ਰੂਰ ਉਹ ਵਿਕਰਮਨ ਦਿੱਤਿਆ ਦੀ ਕੁਰਸੀ ਦੇ ਉੱਪਰ ਬੈਠਾ ਹੋਵੇਗਾ ਤਾਂ ਕਰਕੇ ਉਸ ਨੇ ਸਹੀ ਜਜਮੈਂਟ ਹੈ ਜਿਹੜੀ ਉਹ ਕੀਤੀ ਸੋ ਇਸ ਲਈ ਵਿਕਰਮਦਿੱਤਿਆ ਦਾ ਬਹੁਤ ਵੱਡਾ ਨਾਮ ਸੀ ਉਜੈਨ ਦਾ ਰਾਜਾ ਸੀ ਸੋ ਇਹ ਤਾਂ ਸੀ ਵਿਕਰਮਦਿੱਤਿਆ ਦੇ ਟਾਈਮ ਦੀ ਗੱਲ ਹੁਣ ਜਿਹੜੀ ਆਪਣੀ ਇਹ ਕਹਾਣੀ ਐ ਇਹ ਕਹਾਣੀ ਕਿੰਗ ਵਿਕਰਮਦਿੱਤਿਆ ਦੀ ਮੌਤ ਤੋਂ ਬਹੁਤ ਸਾਲ ਬਾਅਦ ਦੀ ਐ ਜਦੋਂ ਵਿਕਰਮਦਿੱਤਿਆ ਦੀ ਮੌਤ ਹੋ ਗਈ ਤਾਂ ਉਸ ਤੋਂ ਬਹੁਤ ਸਾਲ ਬਾਅਦ ਉਸ ਦੇ ਜਿਹੜੇ ਮਹਿਲ ਨੇ ਉਹ ਨਸ਼ਟ ਹੋ ਗਏ ਸੀਗੇ ਮਤਲਬ ਰੇਤ ਨਾਲ ਟੱਕ ਗਏ ਔਰ ਉਹਨਾਂ ਦੇ ਉੱਪਰ ਘਾਹ ਫੂਸਾ ਜਿਹੜਾ ਉਹ ਹਰਾ ਹੋ ਗਿਆ ਜਿਹੜੇ ਲੋਕ ਸੀਗੇ ਉਜੈਨ ਦੇ ਗਰੀਬ ਲੋਕ ਮਤਲਬ ਉਹ ਲਗਭਗ ਵਿਕਰਮ ਦੇ ਦਿੱਤੇ ਜਿਹੜੇ ਮਹਿਲ ਨੇ ਉਹਨਾਂ ਨੂੰ ਭੁੱਲ ਗਏ ਸੀਗੇ ਉਹਨਾਂ ਨੂੰ ਨਹੀਂ ਯਾਦ ਸੀ ਕਿ ਇੱਥੇ ਵਿਕਰਮ ਦੇ ਦਿੱਤੇ ਦੇ ਮਹਿਲ ਨੇ ਹੁਣ ਜਿਹੜੀ ਇਹ ਸਟੋਰੀ ਹੈ ਤੇ ਕੀ ਹੈ ਬਹੁਤ ਸਮੇਂ ਬਾਅਦ ਇਸ ਦੇ ਵਿੱਚ ਆਪਣੇ ਮੇਨ ਦੋ ਕੈਰੈਕਟਰ ਨੇ ਆਪਾਂ ਨੂੰ ਸ਼ੈਫਰਡ ਬாய் ਸ਼ੈਫਰਡ ਹੁੰਦਾ ਜੋ ਆਪਣਾ ਮੱਝਾਂ ਗਊਆਂ ਵਗੈਰਾ ਚਰਾਉਣ ਜਾਂਦੇ ਨੇ ਗਵਾਲਾ ਸ਼ੈਫਰਡ ਬாய் ਔਰ ਦੂਸਰਾ ਦ ਕਿੰਗ ਆਫ ਦੈਟ ਟਾਈਮ ਮਤਲਬ ਜਿਸ ਸਮੇਂ ਦੀ ਆਪਾਂ ਹੁਣ ਇਹ ਸਟੋਰੀ ਸੁਣਾ ਰਹੇ ਹਾਂ ਵਿਕਰਮਾ ਦਿੱਤੇ ਤੋਂ ਬਾਅਦ ਉਸ ਸਮੇਂ ਦਾ ਜੋ ਰਾਜਾ ਸੀਗਾ ਇੱਕ ਇੱਕ ਕੈਰੈਕਟਰ ਹੈ ਇੱਕ ਸ਼ੈਫਰਡ ਬாய் ਤਾਂ ਸਟੋਰੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਜਦੋਂ ਵਿਕਰਮਾ ਦਿੱਤੇ ਦੀ ਮੌਤ ਤੋਂ ਬਾਅਦ ਉਸ ਦੇ ਮਹਿਲ ਨੇ ਜਿਹੜੇ ਮਤਲਬ ਉਹ ਰੇਤ ਨਾਲ ਢੱਕ ਗਏ ਉੱਥੇ ਕਾਫੂਸ ਵਗੈਰਾ ਹਰਾ ਹੋ ਗਿਆ ਤਾਂ ਕੀ ਹੁੰਦਾ ਜਿਹੜੇ ਆਲੇ ਦੁਆਲੇ گاਉਂ ਦੇ ਪਿੰਡਾਂ ਦੇ ਲੋਕ ਸੀਗੇ ਉਹ ਆਪਣੀਆਂ ਮੱਝਾਂ گاਵਾਂ ਲੈ ਕੇ ਚਰਾਉਣ ਜਾਂਦੇ ਹੁੰਦੇ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਵਿਕਰਮਾ ਦਿੱਤਿਆ ਦੇ ਮਹਿਲ ਸੀਗੇ ਤਾਂ ਜਿਹੜੇ ਸ਼ੈਫਰਡ ਬੁਆਏ ਸੀਗੇ ਗਵਾਲੇ ਗਊਆਂ ਚਰਾਉਣ ਵਾਲੇ ਉਹ ਕੀ ਹੈ ਇੱਕ ਦਿਨ ਵਿਕਰਮਾ ਦਿੱਤਿਆ ਦੇ ਮਹਿਲ ਦੇ ਜਿੱਥੇ ਮਹਿਲ ਹੁੰਦੇ ਸੀਗੇ ਉੱਥੇ ਆਪਣੀਆਂ ਮੱਝਾਂ ਨੇ ਜਿਹੜੀਆਂ ਉਹ گاਵਾਂ ਨੇ ਉਹਨਾਂ ਨੂੰ ਚਰਾ ਰਹੇ ਸੀਗੇ ਤਾਂ ਉਹਨਾਂ ਨੂੰ ਅਚਾਨਕ ਹੀ ਇੱਕ ਪਲੇਗ੍ਰਾਉਂਡ ਆ ਜਿਹੜਾ ਉਹ ਦਿਖਾਈ ਦਿੱਤਾ ਕਈ ਬੱਚੇ ਸੀਗੇ ਉਹਨਾਂ ਨੂੰ ਪਲੇਗਰਾਉਂਡ ਦਿਖਾਈ ਦਿੱਤਾ ਕਿ ਆਪਾਂ ਇੱਥੇ ਜਾ ਕੇ ਆਪਾਂ ਖੇਡਦੇ ਆਂ ਦਰਖਤ ਦੇ ਨੀਚੇ ਜਦੋਂ ਉੱਥੇ ਗਏ ਤਾਂ ਉਹਨਾਂ ਨੇ ਦੇਖਿਆ ਇੱਕ ਟਿੱਲਾ ਟਿੱਲਾ ਮਤਲਬ ਕਿ ਉੱਚੀ ਜੀ ਜਗ੍ਹਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿੱਦਾਂ ਕੋਈ ਕੁਰਸੀ ਹੋਵੇ ਮਤਲਬ ਕੋਈ ਸੀਟ ਹੋਵੇ ਤਾਂ ਜਿਹੜੇ ਉਹ ਲੜਕੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਲੜਕਾ ਸ਼ੈਫਰਡ ਬாய் ਇੱਕ ਸ਼ੈਫਰਡ ਬੋਏ ਜਿਹੜਾ ਇੱਕ ਗਵਾਲਾ ਲੜਕਾ ਉਸਨੇ ਕਿਹਾ ਕਿ ਮੈਂ ਇਸ ਕੁਰਸੀ ਦੇ ਉੱਪਰ ਜਾ ਕੇ ਇਸ ਟਿੱਲੇ ਦੇ ਉੱਪਰ ਜਾ ਕੇ ਬੈਠੂੰਗਾ ਤੇ ਤੁਸੀਂ ਮੇਰੇ ਕੋਲ ਕੇਸ ਬਣਾ ਕੇ ਲੈ ਕੇ ਆਇਓ ਮੈਂ ਤੁਹਾਡੇ ਕੇਸ ਦਾ ਫੈਸਲਾ ਕਰੂੰਗਾ ਮਤਲਬ ਕਹਿੰਦਾ ਮੈਂ ਜੱਜਾਂ ਮਤਲਬ ਜਸਟ ਉਹ ਖੇਡ ਰਹੇ ਸੀ ਸਿਰਫ ਤਾਂ ਉਹ ਲੜਕਾ ਜਿਹੜਾ ਉਹ ਭੱਜ ਕੇ ਜਾ ਕੇ ਉਸ ਢਿੱਲੇ ਦੇ ਉੱਪਰ ਉਸ ਕੁਰਸੀ ਦੇ ਉੱਪਰ ਜਾ ਕੇ ਬੈਠ ਗਿਆ ਔਰ ਦੇ ਜਿਹੜੇ ਦੂਸਰੇ ਲੜਕੇ ਸੀਗੇ ਉਹਨਾਂ ਨੇ ਝੂਠ ਮੂੜ ਦਾ ਇੱਕ ਕੇਸ ਬਣਾਇਆ ਔਰ ਉਸ ਲੜਕੇ ਦੇ ਕੋਲ ਕੇਸ ਦਾ ਫੈਸਲਾ ਕਰਾਉਣ ਦੇ ਲਈ ਲੈ ਕੇ ਆਏ ਬਟ ਉਹਨਾਂ ਨੇ ਇੱਕ ਬਹੁਤ ਅਜੀਬ ਗੱਲ ਦੇਖੀ ਜਿਹੜਾ ਲੜਕਾ ਢਿੱਲੇ ਦੇ ਉੱਪਰ ਜਾ ਕੇ ਬੈਠਿਆ ਸੀ ਜਦੋਂ ਉਹ ਟਿੱਲੇ ਉੱਪਰ ਬੈਠਿਆ ਸੀ ਤਾਂ ਉਹ ਇੱਕ ਸਧਾਰਨ ਲੜਕਾ ਸੀਗਾ ਉਹਨਾਂ ਨਾਲ ਦਾ ਹੀ ਬਟ ਜਦੋਂ ਉਹ ਟਿੱਲੇ ਦੇ ਉੱਪਰ ਬੈਠ ਕੇ ਉਹਨਾਂ ਦਾ ਕੇਸ ਹੈ ਜਿਹੜਾ ਉਹ ਸੁਣਨ ਲੱਗਿਆ ਤਾਂ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਹੋ ਗਿਆ ਦੂਸਰੇ ਲੜਕੇ ਨੂੰ ਲੱਗਿਆ ਕੀ ਮਤਲਬ ਉਹ ਐਕਟਿੰਗ ਕਰ ਰਿਹਾ ਬਟ ਐਕਚੁਅਲ ਦੇ ਵਿੱਚ ਉਹ ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਕਿ ਜਿਹੜੇ ਦੂਸਰੇ ਲੜਕੇ ਨੇ ਜਦੋਂ ਉਹਨਾਂ ਨੇ ਆਪਣਾ ਕੇਸ ਜਿਹੜਾ ਮਤਲਬ ਖੇਡ ਖੇਡ ਦੇ ਵਿੱਚ ਉਹਨਾਂ ਨੇ ਬਣਾਇਆ ਸੀ ਉਸ ਦੇ ਸਾਹਮਣੇ ਲੈ ਕੇ ਆਏ ਤਾਂ ਉਸ ਲੜਕੇ ਨੇ ਉਹਨਾਂ ਦਾ ਜਿਹੜਾ ਫੈਸਲਾ ਹੈ ਇੰਨਾ ਵਧੀਆ ਤਰੀਕੇ ਨਾਲ ਮਤ ਇਹ ਜੀ ਗੱਲ ਸੁਣਾਈ ਇਹ ਜਾਂ ਬੁੱਧੀਮਾਨ ਮਤਲਬ ਇੱਕ ਆਪਣੇ ਆਪ ਨੂੰ ਜਿਹੜਾ ਜਿੱਦਾਂ ਕਿ ਬੁੱਧੀਮਾਨ ਹੋਵੇ ਬਹੁਤ ਜ਼ਿਆਦਾ ਇਸ ਤਰੀਕੇ ਦੀ ਗੱਲ ਕਹੀ ਕਿ ਸਾਰੇ ਜਿਹੜੇ ਲੜਕੇ ਨੂੰ ਹੈਰਾਨ ਰਹਿ ਗਏ ਔਰ ਉਸ ਨੇ ਦੁਬਾਰਾ ਫਿਰ ਇੱਕ ਹੋਰ ਕੇਸ ਲੈ ਕੇ ਆਉਣ ਲਈ ਕਿਹਾ ਤਾਂ ਲੜਕੇ ਇੱਕ ਹੋਰ ਕੇਸ ਬਣਾ ਕੇ ਲੈ ਕੇ ਗਏ ਉਸ ਕੇਸ ਦੇ ਮਤਲਬ ਬਾਰੇ ਦੇ ਵਿੱਚ ਵੀ ਉਸ ਨੇ ਇੰਨੀ ਜ਼ਿਆਦਾ ਬੁੱਧੀਮਾਨੀ ਦੇ ਨਾਲ ਗੱਲ ਕਹੀ ਤਾਂ ਉਹ ਲੜਕੇ ਨੇ ਜਿਹੜੇ ਬਹੁਤ ਜ਼ਿਆਦਾ ਹੈਰਾਨ ਹੋ ਗਏ ਤਾਂ ਇਸ ਤਰ੍ਹਾਂ ਹੌਲੀ-ਹੌਲੀ ਕੀ ਹੁੰਦਾ ਗਿਆ ਜਦੋਂ ਸਾਰੇ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਲੜਕਾ ਜਦੋਂ ਉਸ ਜੱਜਮੈਂਟ ਸੀਟ ਦੇ ਉੱਪਰ ਉਸ ਢਿੱਲੇ ਦੇ ਉੱਪਰ ਸੀਟ ਦੇ ਉੱਪਰ ਬੈਠਦਾ ਤਾਂ ਉਹ ਬਹੁਤ ਵਧੀਆ ਫੈਸਲੇ ਕਰਦਾ ਤਾਂ ਆਲੇ ਦੁਆਲੇ ਦੇ ਸਾਰੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੀ ਆਪਣੇ ਜਿਹੜੇ ਅਸਲੀ ਦੇ ਝਗੜੇ ਨੇ ਉਸ ਕੋਲ ਲੈ ਕੇ ਆਉਣ ਲੱਗੇ ਔਰ ਜਿਹੜਾ ਉਹ ਲੜਕਾ ਹੈ ਉਹਨਾਂ ਝਗੜਿਆਂ ਦਾ ਫੈਸਲਾ ਕਰਦਾ ਔਰ ਦੋਨੋਂ ਹੀ ਪਾਰਟੀਆਂ ਸੰਤੁਸ਼ਟ ਹੁੰਦੀਆਂ ਮਤਲਬ ਇੰਨਾ ਵਧੀਆ ਤਰੀਕੇ ਦੇ ਨਾਲ ਉਹ ਫੈਸਲਾ ਕਰਦਾ ਦੋਨੋਂ ਹੀ ਝਗੜੇ ਵਾਲੇ ਦੋਨੋਂ ਹੀ ਪਾਰਟੀਆਂ ਨੇ ਜਿਹੜੀਆਂ ਉਹ ਸੰਤੁਸ਼ਟ ਹੋ ਕੇ ਉੱਥੋਂ ਜਾਂਦੀਆਂ ਤਾਂ ਇਸ ਤਰ੍ਹਾਂ ਜਿਹੜੀ ਇਹ ਗੱਲ ਹੈ ਇਹ ਫੈਸਲਾ ਕਰਦਾ ਰਿਹਾ ਤਾਂ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਹੈ ਜਿਹੜੀ ਉਹ ਫੈਲ ਗਈ ਤਾਂ ਜਿਹੜਾ ਰਾਜਾ ਸੀਗਾ ਉਸ ਟਾਈਮ ਦਾ ਰਾਜਾ ਉਸ ਦੇ ਕੋਲ ਵੀ ਇਹ ਗੱਲ ਪਹੁੰਚੀ ਕਿ ਜਿਹੜਾ ਇੱਕ ਲੜਕਾ ਹੈ ਉਹ ਇੱਕ ਢਿੱਲੇ ਤੇ ਬੈਠ ਕੇ ਲੋਕਾਂ ਦੀ ਝਗੜਿਆਂ ਦੇ ਫੈਸਲੇ ਕਰਦਾ ਔਰ ਬਹੁਤ ਵਧੀਆ ਫੈਸਲੇ ਕਰਦਾ ਔਰ ਬਹੁਤ ਬੁੱਧੀਮਾਨੀ ਦੇ ਨਾਲ ਮਤਲਬ ਉਹਨਾਂ ਦਾ ਨਿਪਟਾਰਾ ਜਿਹੜਾ ਉਹ ਕਰ ਦਿੰਦਾ ਤਾਂ ਜਿਹੜਾ ਕਿੰਗ ਹੈ ਉਹ ਉਸਨੇ ਸੋਚਿਆ ਕਿ ਉਹ ਲੜਕਾ ਜਰੂਰ ਕਿੰਗ ਵਿਕਰਮਾਦਿੱਤਿਆ ਦੀ ਕੁਰਸੀ ਦੇ ਉੱਪਰ ਬੈਠਾ ਹੋਵੇਗਾ ਤਾਂ ਕਰਕੇ ਉਹ ਇੰਨੇ ਵਧੀਆ ਫੈਸਲੇ ਕਰਦਾ ਔਰ ਜਿਹੜਾ ਕਿੰਗ ਖੁਦ ਸੀ ਇਹ ਮਤਲਬ ਬਹੁਤ ਜ਼ਿਆਦਾ ਕਮਜ਼ੋਰ ਸੀ ਲੋਕਾਂ ਦੇ ਫੈਸਲੇ ਕਰਨ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਇਹ ਫੈਸਲੇ ਨਹੀਂ ਕਰ ਪਾਉਂਦਾ ਸੀ ਤਾਂ ਇਸ ਤਰ੍ਹਾਂ ਇਸ ਨੇ ਸੋਚਿਆ ਕਿ ਕਿਉਂ ਨਾ ਜਿਹੜਾ ਉਹ ਟਿੱਲਾ ਹੈ ਜਿਸ ਉੱਪਰ ਉਹ ਲੜਕਾ ਬੈਠਦਾ ਹੈ ਸੀਟ ਦੇ ਉੱਪਰ ਉਸ ਨੂੰ ਪੁੱਟ ਕੇ ਕਿਉਂਕਿ ਉਹ ਵਿਕਰਮਾ ਦਿੱਤੇ ਦੀ ਕੁਰਸੀ ਹੈ ਸ਼ਾਇਦ ਕਿਸੇ ਨੇ ਦੱਸਿਆ ਵੀ ਇਸ ਨੂੰ ਵੀ ਉੱਥੇ ਵਿਕਰਮਾ ਦਿੱਤੇ ਦੇ ਮਹਿਲ ਹੁੰਦੇ ਸੀ ਤਾਂ ਇਸ ਦੇ ਮਨ ਦੇ ਵਿੱਚ ਆਇਆ ਕਿ ਉਸ ਟਿੱਲੇ ਨੂੰ ਉਸ ਕੁਰਸੀ ਨੂੰ ਪੁੱਟ ਕੇ ਕਿਉਂ ਨਾ ਆਪਾਂ ਆਪਣੇ ਮਹਿਲ ਦੇ ਵਿੱਚ ਲਿਆ ਕੇ ਰੱਖੀਏ ਔਰ ਫਿਰ ਮੈਂ ਉਸ ਕੁਰਸੀ ਦੇ ਉੱਪਰ ਬੈਠ ਕੇ ਲੋਕਾਂ ਦੇ ਫੈਸਲੇ ਨੇ ਜਿਹੜੇ ਉਹ ਕਰਿਆ ਕਰੂੰਗਾ ਤਾਂ ਇਸ ਮੋਟਿਵ ਦੇ ਨਾਲ ਇਸਨੇ ਮਜ਼ਦੂਰ ਲਗਵਾ ਕੇ ਉਹ ਟਿੱਲਾ ਜਿਹੜਾ ਉਸ ਨੂੰ ਖੋਦਣਾ ਸ਼ੁਰੂ ਕੀਤਾ ਤਾਂ ਉਹ ਟਿੱਲਾ ਖੋਦਿਆ ਗਿਆ ਤਾਂ ਜਦੋਂ ਉਹ ਟਿੱਲਾ ਖੋਦਿਆ ਉਹ ਇੱਕ ਪੱਥਰ ਦੀ ਮਤਲਬ ਇੱਕ ਸੀਟ ਦੀ ਤਰ੍ਹਾਂ ਥੱਲੋਂ ਨਿਕਲਿਆ نیچے ਤੋਂ ਔਰ ਉਸ ਨੂੰ 25 ਦੇਵਦੂਤਾਂ ਨੇ 25 ਦੇਵਦੂਤ ਮਤਲਬ ਪੱਥਰ ਦੇ ਬਣੇ ਹੋਏ ਮੂਰਤੀਆਂ 25 ਦੇਵਦੂਤ ਜਿਹੜੇ ਉਹ ਕੁਰਸੀ ਨੂੰ ਸਹਾਰਾ ਦੇ ਰਹੇ ਸੀ ਆਪਣੇ ਹੱਥਾਂ ਨਾਲ ਔਰ ਆਪਣੇ ਪੰਖਾਂ ਦੇ ਨਾਲ ਤਾਂ ਉਸ ਕੁਰਸੀ ਨੂੰ ਏਸ ਨੇ ਆਪਣੇ ਰਾਜ ਦੇ ਵਿੱਚ ਲਿਆ ਕੇ ਉੱਥੇ ਸੈੱਟ ਕੀਤਾ ਔਰ ਏਸ ਨੇ ਸੋਚਿਆ ਕਿ ਹੁਣ ਮੈਂ ਏਸ ਉੱਪਰ ਬੈਠ ਕੇ ਲੋਕਾਂ ਦੇ ਫੈਸਲੇ ਨੇ ਜਿਹੜੇ ਉਹ ਕਰਿਆ ਕਰਾਂਗਾ ਤਾਂ ਇਸ ਤਰ੍ਹਾਂ ਜਦੋਂ ਆਪਣੇ ਰਾਜ ਦੇ ਵਿੱਚ ਉਹ ਸਥਾਪਿਤ ਕਰ ਲਈ ਏਸ ਨੇ ਕੁਰਸੀ ਵਿਕਰਮਾਦਿੱਤਿਆ ਦੀ ਤਾਂ ਇਸਨੇ ਕਿਹਾ ਕਿ ਸਾਰੇ ਰਾਸ਼ਟਰ ਨੂੰ ਕਿ ਆਪਾਂ 3 ਦਿਨ ਦਾ ਵਰਤ ਰੱਖਾਂਗੇ ਉਸ ਤੋਂ ਬਾਅਦ ਚੌਥੇ ਦਿਨ ਮੈਂ ਇਸ ਕੁਰਸੀ ਦੇ ਉੱਪਰ ਬੈਠਾਂਗਾ ਤਾਂ 3 ਦਿਨ ਦਾ ਵਰਤ ਰੱਖਣ ਤੋਂ ਬਾਅਦ ਜਦੋਂ ਚੌਥੇ ਦਿਨ ਇਹ ਜਿਹੜਾ ਕਿੰਗ ਹੈ ਉਸ ਕੁਰਸੀ ਦੇ ਉੱਪਰ ਬੈਠਣ ਲੱਗਿਆ ਮਤਲਬ ਇਹ ਇੱਕ ਕੁਰਸੀ ਬਣੀ ਹੋਈ ਸੀ ਉਸ ਨੂੰ ਇਸ ਤਰ੍ਹਾਂ ਨੀਚੇ ਤੋਂ 25 ਜਿਹੜੇ ਦੇਵਦੂਤ ਨੇ ਉਹਨਾਂ ਨੇ ਮਤਲਬ ਸਹਾਰਾ ਦਿੱਤਾ ਹੋਇਆ ਸੀਗਾ ਜਦੋਂ ਚੌਥੇ ਦਿਨ ਇਹ ਕੁਰਸੀ ਦੇ ਉੱਪਰ ਬੈਠਣ ਲੱਗਿਆ ਤਾਂ ਉਹਨਾਂ 25 ਪੱਥਰ ਦੇ ਦੇਵਦੂਤਾਂ ਵਿੱਚੋਂ ਇੱਕ ਬੋਲਿਆ ਇੱਕ ਨੇ ਬੋਲ ਕੇ ਇਸ ਕਿੰਗ ਨੂੰ ਕਿਹਾ ਕਿ ਇਸ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਤੂੰ ਮੇਰੇ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਤਾਂ ਇਸਨੇ ਕਿਹਾ ਕਿ ਹਾਂਜੀ ਪੁੱਛੋ ਤਾਂ ਉਸ ਦੇਵਦੂਤ ਨੇ ਕਿਹਾ ਇਸ ਰਾਜੇ ਨੂੰ ਕਿ ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਕਦੇ ਤੂੰ ਆਪਣੇ ਰਾਜ ਤੋਂ ਇਲਾਵਾ ਕਿਸੇ ਦੂਸਰੇ ਦੇ ਰਾਜ ਤੇ ਕਬਜ਼ਾ ਕਰਨ ਬਾਰੇ ਸੋਚਿਆ ਤਾਂ ਇਸ ਰਾਜੇ ਨੇ ਕਿਹਾ ਕਿ ਹਾਂ ਮੈਂ ਜ਼ਰੂਰ ਸੋਚਿਆ ਮਤਲਬ ਮੈਂ ਦੂਸਰਿਆਂ ਦੀ ਜਿਹੜਾ ਰਾਜ ਹੈ ਉਸ ਨੂੰ ਖੋਣ ਦੇ ਬਾਰੇ ਸੋਚਿਆ ਤਾਂ ਇਸ ਤਰ੍ਹਾਂ ਇਹ ਦੇਵਦੂਤ ਨੇ ਕਿਹਾ ਤਾਂ ਫਿਰ ਤੂੰ ਕਹਿੰਦਾ ਇਸ ਸੀਟ ਦੇ ਉੱਪਰ ਬੈਠਣ ਦਾ ਹੱਕਦਾਰ ਹਜੇ ਨਹੀਂ ਹੈਗਾ ਤੂੰ 3 ਦਿਨ ਦਾ ਹੋਰ ਵਰਤ ਰੱਖ ਉਸ ਤੋਂ ਬਾਅਦ ਤੂੰ ਇਸ ਸੀਟ ਦੇ ਉੱਪਰ ਬੈਠੀ ਤਾਂ ਇਹ ਕਹਿ ਕੇ ਜਿਹੜਾ ਇਹ ਦੇਵਦੂਤ ਹੈ ਇਹ ਹਵਾ ਦੇ ਵਿੱਚ ਉੱਡ ਗਿਆ ਮਤਲਬ ਹੁਣ ਕਿੰਨੇ ਰਹਿ ਗਏ 24 ਤਾਂ 3 ਦਿਨ ਦਾ ਵਰਤ ਰੱਖਿਆ ਗਿਆ ਦੁਬਾਰਾ ਰਾਜੇ ਨੇ ਦੁਬਾਰਾ ਫਿਰ 3 ਦਿਨ ਦਾ ਵਰਤ ਰੱਖਿਆ ਇੰਨੇ ਦਿਨ ਦਾ ਬਰਤ ਰੱਖਣ ਤੋਂ ਬਾਅਦ ਦੁਬਾਰਾ ਫੇਰ ਜਦੋਂ ਇਸ ਨੇ ਸੀਟ ਦੇ ਉੱਪਰ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਅਗਲਾ ਇੱਕ ਹੋਰ ਜਿਹੜਾ ਪੱਥਰ ਦਾ ਦੇਵਦੂਤ ਸੀ ਉਹ ਦੁਬਾਰਾ ਫੇਰ ਬੋਲਿਆ ਉਹ ਉਸ ਨੇ ਬੋਲ ਕੇ ਰਾਜੇ ਤੋਂ ਫੇਰ ਪੁੱਛਿਆ ਕਿ ਤੂੰ ਸੀਟ ਦੇ ਬੈਠਣ ਤੋਂ ਪਹਿਲਾਂ ਮੈਨੂੰ ਇਹ ਜਵਾਬ ਦੇ ਕਦੇ ਤੂੰ ਆਪਣੀ ਪ੍ਰਾਪਰਟੀ ਤੋਂ ਇਲਾਵਾ ਕਿਸੇ ਦੂਸਰੇ ਦੀ ਪ੍ਰਾਪਰਟੀ ਬਾਰੇ ਸੋਚਿਆ ਮਤਲਬ ਕਿਸੇ ਦੂਸਰੇ ਦੀ ਪ੍ਰਾਪਰਟੀ ਦੇ ਕਬਜ਼ਾ ਕਰਨ ਬਾਰੇ ਸੋਚਿਆ ਤਾਂ ਰਾਜੇ ਨੇ ਮਨ ਦੇ ਵਿੱਚ ਸੋਚ ਕੇ ਦੱਸਿਆ ਕਿ ਹਾਂ ਮੈਂ ਦੂਸਰਿਆਂ ਦੀ ਪ੍ਰਾਪਰਟੀ ਦੇ ਕਬਜ਼ਾ ਕਰਨ ਬਾਰੇ ਸੋਚਿਆ ਤਾਂ ਇਸਨੇ ਕਿਹਾ ਕਿ ਤੂੰ ਫਿਰ ਹਲੇ ਇਸ ਸੀਟ ਤੇ ਬਠਣ ਦਾ ਦਾਵੇਦਾਰ ਨਹੀਂ ਹੈਗਾ ਤੂੰ 3 ਦਿਨ ਹੋਰ ਵਰਤ ਰੱਖ ਉਸ ਤੋਂ ਬਾਅਦ ਇਸ ਸੀਟ ਉੱਪਰ ਬੈਠੀ ਇਹ ਕਹਿ ਕੇ ਇਹ ਦੇਵਦੂਤ ਵੀ ਉੱਡ ਗਿਆ ਮਤਲਬ ਫੇਰ ਹੈਗੇ 23 ਤਾਂ ਇਸ ਤਰ੍ਹਾਂ ਕੱਲੇ-ਕੱਲੇ ਹਰ ਇੱਕ ਦੇਵਦੂਤ ਨੇ ਇਸ ਤੋਂ ਪ੍ਰਸ਼ਨ ਪੁੱਛੇ ਔਰ ਇਸ ਦਾ ਜਿਹੜਾ ਆਨਸਰ ਹੈ ਉਹਨਾਂ ਨੂੰ ਸੈਟੀਸਫਾਈਡ ਨਹੀਂ ਲੱਗਿਆ ਮਤਲਬ ਉਹ ਇਸ ਨੂੰ 3 ਦਿਨ ਹੋਰ ਵਰਤ ਹੋਰ ਵਰਤ ਰੱਖਣ ਦੇ ਲਈ ਕਹੀ ਗਏ ਤਾਂ ਇਸ ਤਰ੍ਹਾਂ ਇਸ ਦੇ ਵਰਤ ਦਾ ਸੌਵਾਂ ਦਿਨ ਆ ਗਿਆ ਮਤਲਬ ਇਸਨੇ 99 ਵਰਤ ਰੱਖੇ ਹੁਣ 100ਵਾਂ ਵਰਤ ਸੀ ਤਾਂ 100ਵਾਂ ਵਰਤ ਰੱਖ ਕੇ ਇਹ ਸੀਟ ਦੇ ਉੱਪਰ ਬੈਠਣ ਦੇ ਲਈ ਤਿਆਰ ਹੋਇਆ ਕਿ ਹੁਣ ਮੈਂ ਸੀਟ ਦੇ ਉੱਪਰ ਬੈਠਾਂਗਾ ਔਰ ਉਸ ਵਕਤ ਸੀਟ ਨੂੰ ਸਿਰਫ ਇੱਕ ਦੇਵਦੂਤ ਨੇ ਹੀ ਸਹਾਰਾ ਦਿੱਤਾ ਹੋਇਆ ਸੀ ਬਾਕੀ ਸਾਰੇ ਮਤਲਬ ਉੱਡ ਗਏ ਸੀ ਇਸ ਤੋਂ ਪ੍ਰਸ਼ਨ ਪੁੱਛ ਕੇ ਇਸ ਨੂੰ ਜਵਾਬ ਮਤਲਬ ਨਹੀਂ ਆਇਆ ਇਸ ਦਾ ਜਵਾਬ ਸੈਟੀਸਫਾਈਡ ਨਹੀਂ ਸੀ ਉਹ ਉੱਡ ਜਾਂਦੇ ਸੀ ਜਿਸ ਤਰ੍ਹਾਂ ਪਹਿਲੇ ਦੋ ਤਾਂ ਸਿਰਫ ਇੱਕ ਦੇਵਦੂਤ ਰਹਿ ਗਿਆ ਔਰ 100ਵਾਂ ਦਿਨ ਸੀ ਵਰਤ ਦਾ ਤਾਂ ਇਹ ਇਸ ਕੁਰਸੀ ਤੇ ਬੈਠਣ ਦੇ ਲਈ ਤਿਆਰ ਹੋਇਆ ਜਦੋਂ ਹੀ ਇਹ ਕੁਰਸੀ ਤੇ ਬੈਠਣ ਲੱਗਾ ਤਾਂ ਇਸ ਇੱਕ ਦੇਵਦੂਤ ਨੇ ਜੋ ਰਾਸ਼ਟਰਹੰਦਾ ਸੀਗਾ ਲਾਸਟ ਇਸਨੇ ਪੁੱਛਿਆ ਇਸ ਰਾਜੇ ਤੋਂ ਕਿ ਤੇਰਾ ਦਿਲ ਹੈ ਜਿਹੜਾ ਉਹ ਇੱਕ ਬੱਚੇ ਦੀ ਤਰ੍ਹਾਂ ਹੈ ਮਤਲਬ ਤੇਰਾ ਜਿਹੜਾ ਦਿਲ ਹੈ ਉਹ ਇੱਕ ਬੱਚੇ ਦੀ ਤਰ੍ਹਾਂ 마ਸੂਮ ਹੈ ਤਾਂ ਰਾਜੇ ਨੇ ਬਹੁਤ ਸੋਚ ਸਮਝ ਕੇ ਬੋਲਿਆ ਕਿ ਨਹੀਂ ਮੇਰਾ ਜਿਹੜਾ ਦਿਲ ਹੈ ਉਹ ਇੱਕ ਬੱਚੇ ਦੀ ਤਰ੍ਹਾਂ 마ਸੂਮ ਨਹੀਂ ਹੈਗਾ ਤਾਂ ਇਹ ਸੁਣ ਕੇ ਇਹੜਾ ਲਾਸਟ ਦੇਵਦੂਤ ਸੀ ਇਸਨੇ ਕਿਹਾ ਤਾਂ ਫਿਰ ਤੂੰ ਇਸ ਕੁਰਸੀ ਤੇ ਬੈਠਣ ਦਾ ਦਾਵੇਦਾਰ ਨਹੀਂ ਹੈਗਾ ਤਾਂ ਇਹ ਕਹਿ ਕੇ ਜਿਹੜਾ ਇਹ ਲਾਸਟ ਦੇਵਦੂਤ ਹੈ ਇਹ ਵੀ ਹਵਾ ਦੇ ਵਿੱਚ ਉੱਡ ਗਿਆ ਔਰ ਇਸ ਕੁਰਸੀ ਨੂੰ ਵਿਕਰਮਾ ਦਿੱਤਿਆ ਦੀ ਕੁਰਸੀ ਨੂੰ ਵੀ ਆਪਣੇ ਨਾਲ ਉਡਾ ਕੇ ਲੈ ਗਿਆ ਤਾਂ ਇਸ ਤਰ੍ਹਾਂ ਸਾਰੇ ਹੀ ਦੇਵਦੂਤ ਨੇ ਜਿਹੜੇ ਉਹ ਹਵਾ ਦੇ ਵਿੱਚ ਉੱਡ ਗਏ ਔਰ ਵਿਕਰਮਾ ਦਿੱਤਿਆ ਦੀ ਕੁਰਸੀ ਨੂੰ ਵੀ ਨਾਲ ਲੈ ਗਏ ਤਾਂ ਜਦੋਂ ਉਹ ਸਾਰੇ ਦੇਵਦੂਤ ਚਲੇ ਗਏ ਤਾਂ ਰਾਜੇ ਨੇ ਇਹ ਗੱਲ ਮਹਿਸੂਸ ਕੀਤੀ ਕਿ ਵਾਕਈ ਵਿਕਰਮਾ ਦਿੱਤਿਆ ਦੀ ਕੁਰਸੀ ਤੇ ਉਹੀ ਇਨਸਾਨ ਬੈਠ ਸਕਦਾ ਸੀ ਜਿਸ ਦਾ ਦਿਲ ਵਾਕਈ ਮਾਸੂਮ ਇੱਕ ਬੱਚੇ ਦੀ ਤਰ੍ਹਾਂ ਹੈਗਾ ਮਤਲਬ ਜਿਸ ਤਰ੍ਹਾਂ ਕਿ ਸ਼ੈਫਰਡ ਬੁਆਏ ਦਾ ਦਿਲ ਇੱਕ ਕਿਉਂਕਿ ਇਹ ਬੱਚਾ ਸੀਗਾ ਇਸ ਦਾ ਮਾਸੂਮ ਦਿਲ ਸੀ ਤਾਂ ਕਹਿੰਦਾ ਉਹ ਬੱਚਾ ਹੀ ਉਸ ਕੁਰਸੀ ਦੇ ਉੱਪਰ ਬੈਠ ਕੇ ਫੈਸਲਾ ਕਰ ਸਕਦਾ ਸੀ ਮੈਂ ਇਸ ਕੁਰਸੀ ਤੇ ਬੈਠਣ ਦੇ ਯੋਗ ਨਹੀਂ ਸੀ ਤਾਂ ਇਹ ਸੋਚ ਕੇ ਰਾਜਾ ਆਪਣੇ ਆਪ ਤੇ ਸ਼ਰਮਿੰਦਾ ਹੁੰਦਾ ਔਰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰ੍ਹਾਂ ਉਹ ਸਾਰੇ ਦੇਵਦੂਤ ਆਪਣਾ ਵਿਕਰਮਾ ਦਿਤੀ ਦੀ ਗੁਰਸਤੀ ਨੂੰ ਲੈ ਕੇ ਹਵਾ ਦੇ ਵਿੱਚ ਉੱਡ ਗਏ ਤਾਂ ਇੱਥੇ ਜਿਹੜੀ ਸਟੋਰੀ ਹੈ ਇਹ ਖਤਮ ਹੋ ਜਾਂਦੀ ਹੈ ਆਈ ਹੋਪ ਕਿ ਤੁਹਾਨੂੰ ਸਾਰੀ ਸਟੋਰੀ ਆ ਜਿਹੜੀ ਉਹ ਸਮਝ ਆ ਗਈ ਹੋਵੇਗੀ ਸਭ ਤੋਂ ਪਹਿਲਾਂ ਵਿਕਰਮਾ ਦਿੱਤੇ ਬਾਰੇ ਜੋ ਵੀ ਆਪਾਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਇਹ ਜਿਹੜੀ ਸਟੋਰੀ ਹੈ ਸ਼ੈਫਰਡ ਬੋਏ ਅਤੇ ਕਿੰਗ ਅਦੀਓ ਸਮੇਂ ਦੀ ਸੋ ਜੇਕਰ ਸਟੋਰੀ ਤੁਹਾਨੂੰ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਸਮਝ ਆ ਗਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ